ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟਹਿਣਾ ਦੋਸਤੋ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰਾਂ ਤੇ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਬਾਲੀਵੁੱਡ ਤੇ ਪੌਲੀਵੁੱਡ ਦੀਆਂ ਖਬਰਾਂ ਤੇ ਪੰਛੀ ਝਾਤ ਪਾਉਂਦੇ ਆ ਤੁਸੀਂ ਇਸ ਪ੍ਰੋਗਰਾਮ ਨੂੰ ਪਿਆਰ ਕਰਦੇ ਹੋ ਦੇਸ਼ ਦੁਨੀਆ ਵਿੱਚੋਂ ਫੋਨ ਆਉਂਦੇ ਨੇ ਸਾਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਇਸ ਪਿਆਰ ਨੂੰ ਪਵਿੱਖ ਦੇ ਵਿੱਚ ਵੀ ਲਗਾਤਾਰ ਇਦਾਂ ਹੀ ਬਰਕਰਾਰ ਰੱਖੋਗੇ ਬਾਪੂ ਕਰਨੈਲ ਸਿੰਘ ਪਾਰਸ ਹੋਰਾਨੀਆਂ ਰਚੀਆਂ 17 ਮੈਨੂੰ ਅਕਸਰ ਯਾਦ ਆਉਂਦੀਆਂ ਨੇ ਉਹਨਾਂ ਨੇ ਲਿਖਿਆ ਸੀ ਕਿ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੀ ਇੱਕ ਜਾਵੀ ਤੇ ਜਦੋਂ ਵੀ ਕੋਈ ਅਨਮੁੱਲੀ ਸ਼ਖਸੀਅਤ ਸਾਨੂੰ ਵਿਛੋੜਾ ਦੇ ਜਾਂਦੀ ਹੈ ਤਾਂ ਮੈਨੂੰ ਬਾਪੂ ਜੀ ਦੀਆਂ ਇਹ 17 ਰਹਿ ਰਹਿ ਕੇ ਚੇਤੇ ਆਉਂਦੀਆਂ ਨੇ ਬਾਪੂ ਜੀ ਵੀ ਇਸ ਵਕਤ ਇਸ ਦੁਨੀਆ ਦੇ ਉੱਤੇ ਨਹੀਂ ਨੇ ਪਰ ਪਿਛਲੇ ਹਫ਼ਤੇ 102 ਸਾਲ ਦੀ ਉਮਰ ਪੂਕ ਕੇ ਬਾਲੀਵੁੱਡ ਦੇ ਵਿੱਚ ਪਾਲੀਵੁੱਡ ਦੇ ਵਿੱਚ ਤੇ ਪਾਕਿਸਤਾਨੀ ਫਿਲਮਾਂ ਦੇ ਵਿੱਚ ਬੜਾ ਉੱਚਾ ਤੇ ਸੋੱਚਾ ਯੋਗਦਾਨ ਪਾਉਣ ਵਾਲੀ ਅਦਾਕਾਰਾ ਜੋਹਰਾ ਸੈਗਲ ਸਾਨੂੰ ਅਲਵਿਦਾ ਕਹਿ ਗਈ ਨੀ ਜੋਹਰਾ ਸੈਗਲ ਦਾ ਜਨਮ 1900 ਤੇ 12 ਦੇ ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਖੇਤਰ ਦੇ ਵਿੱਚ ਹੋਇਆ ਸੀ ਜੋਹਰਾ ਸੈਗਲ ਨੂੰ ਬਚਪਨ ਦੇ ਵਿੱਚ ਹੀ ਅਦਾਕਾਰੀ ਦਾ ਸ਼ੌਕ ਜਾਗ ਪਿਆ ਵੱਡੀ ਭੈਣ ਪ੍ਰਿਥਵੀ ਰਾਜ ਕਪੂਰ ਹੋਰਾਂ ਦੇ ਥੀਏਟਰ ਨਾਲ ਜੁੜੀ ਸੀ ਇਸ ਕਰਕੇ ਜੋਹਰਾ ਸੈਗਲ ਨੇ ਵੀ ਇਸ ਥੀਏਟਰ ਦੇ ਵਿੱਚ ਪੈਰ ਤਰਾਵਾ ਕਰ ਲਿਆ 14 ਸਾਲ ਉਹਨਾਂ ਨੇ ਪ੍ਰਿਥਵੀ ਰਾਜ ਕਪੂਰ ਦੇ ਥੀਏਟਰ ਦੇ ਨਾਲ ਜੁੜ ਕੇ ਕੰਮਕਾਜ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਪਾਕਿਸਤਾਨ ਦੀਆਂ ਤੇ ਹਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਕੰਮਕਾਜ ਕੀਤਾ ਉਹਨਾਂ ਨੂੰ ਇਸ ਗੱਲ ਦਾ ਬੜਾ ਮਾਣ ਸੀ ਇਸ ਗੱਲ ਦੇ ਉੱਤੇ ਬੜਾ ਫਖਰ ਸੀ ਕਿ ਮੈਂ ਬਹੁਪੱਖੀ ਸ਼ਖਸੀਅਤ ਦੀ ਮਾਲਕਾ ਉਹਨਾਂ ਨੇ ਬਤੌਰ ਅਦਾਕਾਰਾ ਬਤੌਰ ਨਰਤਕੀ ਤੇ ਹੋਰ ਵੱਖ-ਵੱਖ ਕਲਾ ਦੀਆਂ ਸਿਨਫਾਂ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ 102 ਸਾਲ ਦੀ ਉਮਰ ਬੇਸ਼ੱਕ ਥੋੜੀ ਨਹੀਂ ਹੁੰਦੀ ਪਰ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਜਿਹੜੇ ਲੋਕਾਂ ਨੇ ਸਮਾਜ ਨੂੰ ਦਿੱਤਾ ਬਹੁਤ ਕੁਝ ਹੋਵੇ ਤੇ ਸਮਾਜ ਤੋਂ ਲਿਆ ਬਦਲੇ ਵਿੱਚ ਬਹੁਤ ਘੱਟ ਹੋਵੇ ਉਹਨਾਂ ਦੀ 102 ਸਾਲ ਦੀ ਉਮਰ ਵਿੱਚ ਜਾਣ ਦਾ ਦੁੱਖ ਵੀ ਇਵੇਂ ਹੁੰਦਾ ਹੈ ਜਿਵੇਂ ਕਿਸੇ ਦੇ ਜਵਾਨੀ ਦੇ ਵਿੱਚ ਤੁਰ ਜਾਣ ਦਾ ਹੁੰਦਾ ਹੈ ਭਾਰਤ ਸਰਕਾਰ ਨੇ ਜੋਹਰਾ ਸੈਗਲ ਨੂੰ ਪਦਮ ਪੂਸ਼ਣ ਤੇ ਪਦਮਸ਼ਰੀ ਤੇ ਪਦਮ ਵਿਪੂਸ਼ਣ ਪੁਰਸਕਾਰਾਂ ਨਾਲ ਨਿਵਾਜ਼ਿਆ ਸੀ ਤੇ ਜੋਹਰਾ ਸੈਗਲ ਨੇ ਆਪਣੇ ਸਮੇਂ ਦੇ ਮਸ਼ਹੂਰ ਕਲਾਕਾਰਾਂ ਨਾਲ ਕੰਮ ਕਾਜ ਕੀਤਾ ਹੈ ਜਿਨ੍ਹਾਂ ਵਿੱਚ ਅਸ਼ੋਕ ਕੁਮਾਰ, ਦੇਵਾਨੰਦ ਜਿਨ੍ਹਾਂ ਦੇ ਵਿੱਚ ਦਲੀਪ ਕੁਮਾਰ, ਅਮਿਤਾ ਬਚਨ, ਸਲਮਾਨ ਖਾਨ, ਸ਼ਾਹਰੂਖ ਖਾਨ ਤੇ ਰਣਵੀਰ ਕਪੂਰ ਆਦ ਸ਼ਾਮਲ ਨੇ। ਦੋਸਤੋ ਰਾਜੇਸ਼ ਖੰਨਾ ਦੇ ਨਾਂ ਬਾਰੇ ਭਾਰਤ ਦਾ ਬੱਚਾ-ਬੱਚਾ ਜਾਣੂ ਹੈ। ਸੰਗੀਤ ਪ੍ਰੇਮੀ ਵੀ ਉਹਨਾਂ ਦੇ ਨਾਂ ਨੂੰ ਉਨੀ ਹੀ ਸ਼ਿੱਦਤ ਦੇ ਨਾਲ ਅੱਜ ਯਾਦ ਕਰਦੇ ਨੇ ਜਿੰਨੀ ਸ਼ਿੱਦਤ ਨਾਲ ਯਾਦ ਕਰਦੇ ਨੇ ਅਦਾਕਾਰੀ ਨੂੰ ਪ੍ਰੇਮ ਕਰਨ ਵਾਲੇ ਲੋਕ ਸੰਗੀਤ ਪ੍ਰੇਮੀ ਇਸ ਕਰਕੇ ਯਾਦ ਕਰਦੇ ਨੇ ਕਿਉਂਕਿ ਬਹੁਤ ਸਾਰੇ ਗੀਤਾਂ ਦੇ ਉੱਤੇ ਉਹਨਾਂ ਨੂੰ ਅਦਾਕਾਰੀ ਕਰਦਿਆਂ ਦੇਖ ਕੇ ਇਦਾਂ ਅੱਜ ਵੀ ਜਾਪਦਾ ਏ ਕਿ ਇਨ੍ਹਾਂ ਗੀਤਾਂ ਦੇ ਨਾਲ ਬਤੌਰ ਅਦਾਕਾਰ ਇਨਸਾਫ਼ ਸਿਰਫ ਤੇ ਸਿਰਫ ਰਾਜੀਸ਼ ਖੰਨਾ ਹੀ ਕਰ ਸਕਦੇ ਸੀ 18 ਜੁਲਾਈ 2012 ਨੂੰ ਰਾਜੇਸ਼ ਖੰਨਾ ਹੋਰੀ ਸਾਨੂੰ ਅਲਵਿਦਾ ਕਹਿ ਗਏ ਸਨ ਰਾਜੇਸ਼ ਖੰਨਾ ਹੋਰਾ ਨੇ ਬਾਦਸ਼ਾਹਤ ਵੀ ਦੇਖੀ ਤੇ ਗੁਮਨਾਮੀ ਦੀ ਜ਼ਿੰਦਗੀ ਵੀ ਉਹਨਾਂ ਨੇ ਬਸਰ ਕੀਤੀ ਅੰਤਲਾ ਵੇਲਾ ਉਹਨਾਂ ਦਾ ਬੜਾ ਗੁਮਨਾਮੀ ਦੇ ਵਿੱਚ ਗੁਜ਼ਰਿਆ ਉਹਨਾਂ ਨੇ ਸ਼ਰਾਬ ਦੇ ਨਾਲ ਦੋਸਤਾਨਾ ਬਣਾ ਲਿਆ ਤੇ ਉਹ ਆਮ ਲੋਕਾਂ ਨਾਲੋਂ ਖਾਸ ਲੋਕਾਂ ਦੇ ਨਾਲੋਂ ਟੁੱਟ ਗਏ ਦੂਰ ਹੋ ਗਏ ਸਿਰਫ ਪਰਿਵਾਰਕ ਮੈਂਬਰ ਹੀ ਉਹਨਾਂ ਦੇ ਆਲੇ-ਦੁਆਲੇ ਰਹਿੰਦੇ ਸਨ ਉਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਆਸ਼ੀਰਵਾਦ ਬੰਗਲੇ ਦੇ ਬਾਬਤ ਵੀ ਕਈ ਤਰ੍ਹਾਂ ਦੇ ਬਵਾਦ ਵਿਵਾਦ ਛਿੜੇ ਕਿਉਂਕਿ ਉਹਨਾਂ ਦੇ ਹਮੇਸ਼ਾ ਨਾਲ ਰਹਿਣ ਵਾਲੀ ਅਨੀਤਾ ਅਡਵਾਨੀ ਨਾਂ ਦੀ ਔਰਤ ਨੇ ਇਹ ਦੋਸ਼ ਲਗਾਇਆ ਕਿ ਮੈਂ ਉਹਨਾਂ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਤਾਇਤ ਰਹੀਆਂ ਪਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਔਰਤ ਦੇ ਵੱਲੋਂ ਉਹਨਾਂ ਦੀ ਜਾਇਦਾਦ ਉੱਤੇ ਕਬਜ਼ੇ ਦੇ ਲਈ ਬਹੁਤ ਕੁਝ ਸੋਚਿਆ ਗਿਆ ਬਹੁਤ ਸਾਰੀਆਂ ਗੋੰਦਾਂ ਸਮੇਂ-ਸਮੇਂ ਤੇ ਗੋਦ ਗੰਗਾ ਨਹੀਂ ਰਾਜੇਸ਼ ਖੰਨਾ ਹੋਣਾ ਦਾ ਜਨਮ ਅਮਰਤਸਰ ਸ਼ਹਿਰ ਦੇ ਵਿੱਚ ਹੋਇਆ ਯਾਨੀ ਕਿ ਉਹ ਪੰਜਾਬ ਨਾਲ ਵਾਬਸਤਾ ਸਨ ਬਚਪਨ ਦਾ ਨਾਂ ਉਹਨਾਂ ਦਾ ਜਤਨ ਖੰਨਾ ਸੀ ਤੇ ਬਾਲੀਵੁੱਡ ਦੇ ਵਿੱਚ ਉਹ ਰਾਜੇਸ਼ ਖੰਨਾ ਦੇ ਨਾਂ ਨਾਲ ਮਸ਼ਹੂਰ ਹੋਏ ਉਹਨਾਂ ਨੇ 4 ਸਾਲ ਦੇ ਵਿੱਚ 15 ਸੁਪਰ ਹਿੱਟ ਫਿਲਮਾਂ ਸਾਡੇ ਸਿਨੇਮਾ ਜਗਤ ਦੀ ਝੋਲੀ ਪਾਈਆਂ ਤੇ ਅੱਜ ਤੱਕ ਉਹਨਾਂ ਦਾ ਇਹ ਰਿਕਾਰਡ ਕੋਈ ਤੋੜ ਨਹੀਂ ਸਕਿਆ ਤੇ ਮੈਨੂੰ ਇਦਾਂ ਜਪਦਾ ਹੈ ਕਿ ਸ਼ਾਇਦ ਹੀ ਭਵਿੱਖ ਦੇ ਵਿੱਚ ਉਹਨਾਂ ਦਾ ਕੋਈ ਇਹ ਰਿਕਾਰਡ ਤੋੜ ਸਕੇ ਉਹਨਾਂ ਨੂੰ ਸਮੇਂ-ਸਮੇਂ ਤੇ ਭਾਰਤ ਸਰਕਾਰ ਨੇ ਕਈ ਪੁਰਸਕਾਰਾਂ ਨਾਲ ਵੀ ਨਿਵਾਜਿਆ ਤੇ ਉਹਨਾਂ ਨੇ ਇੱਕ ਵਾਰ ਇਹ ਵੀ ਗੱਲ ਕਹੀ ਸੀ ਆਪਣੀ ਰਿਕਾਰਡਡ ਮੈਸੇਜ ਦੇ ਜ਼ਰੀਏ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਇਸ ਮੁਰਾਤਬੇ ਤੱਕ ਪਹੁੰਚ ਜਾਵਾਂਗਾ ਮੈਂ ਇੱਕ ਸਧਾਰਨ ਕਲਾਕਾਰ ਸੀ ਜਿਸ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਉਸ ਤੋਂ ਬਾਅਦ ਮੈਨੂੰ ਹਿੱਟ ਕਲਾਕਾਰ ਬਣਾਇਆ ਗਿਆ ਫਿਰ ਸੁਪਰ ਹਿੱਟ ਕਲਾਕਾਰ ਬਣਾਇਆ ਗਿਆ ਤੇ ਫਿਰ ਅੱਗੇ ਤੋਂ ਅੱਗੇ ਕਈ ਤਰ੍ਹਾਂ ਦੇ ਪੜਾ ਮੇਰੀ ਜ਼ਿੰਦਗੀ ਦੇ ਵਿੱਚ ਆਉਂਦੇ ਗਏ ਜਿਨ੍ਹਾਂ ਲਈ ਮੈਂ ਹਮੇਸ਼ਾ ਦਰਸ਼ਕਾਂ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ ਇਸ ਤੋਂ ਇਲਾਵਾ ਬਹੁਤ ਸਾਰੇ ਇਹੋ ਜਿਹੇ ਗੀਤ ਨੇ ਦੋਸਤੋ ਜਿਨ੍ਹਾਂ ਨੂੰ ਚੇਤੇ ਕਰਦਿਆਂ ਇਦਾਂ ਯਾਦ ਪਦਾ ਏ ਕਿ ਰਾਜੇਸ਼ ਖੰਨਾ ਜ਼ਿੰਦਗੀ ਦੀਆਂ ਉਲਝੀਆਂ ਪਹੇਲੀਆਂ ਉਲਝੀਆਂ ਹੋਈਆਂ ਬੁਜ਼ਾਰਤਾਂ ਨੂੰ ਸੁਲਝਾਉਣ ਦੇ ਲਈ ਤਤਪਰ ਰਹੇ ਨੇ ਕਦੇ ਮੈਂ ਉਹਨਾਂ ਦਾ ਗੀਤ ਸੁਣਦਾ ਕਿ ਜ਼ਿੰਦਗੀ ਕੈਸੀ ਹੈ ਪਹੇਲੀ ਇਹ ਹਾਈ ਕبھی ਇਹ ਹਸਾਈ ਕبھی ਇਹ ਰੁਲਾਈ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ ਕਦੇ ਇਸ ਗੀਤ ਦੀ ਗੱਲ ਛਿੜਦੀ ਹੈ ਤੇ ਕਦੇ ਗੀਤ ਚੇਤੇ ਆ ਜਾਂਦਾ ਹੈ ਮੇਰੇ ਸੁਪਨੋਂ ਕੀ ਰਾਣੀ ਕਬ ਆਏਗੀ ਤੂੰ ਤੇ ਕਦੇ ਗੀਤ ਚੇਤੇ ਆਉਂਦਾ ਏ ਕਿ ਰਹਿਣੇ ਦੋ ਛੋੜੋ ਵੀ ਜਾਣੇ ਦੋ ਯਾਰ ਹਮ ਨਾ ਕਰਾਂਗੇ ਪਿਆਰ ਸੋ ਕਹਿਣ ਦਾ ਭਾਵ ਇਹ ਹੈ ਕਿ ਹਰ ਗੀਤ ਇਦਾਂ ਯਾਪਦਾ ਏ ਕਿ ਰਾਜੀਸ਼ ਖੰਨਾ ਦੇ ਲਈ ਹੀ ਬਣਿਆ ਸੀ 2 ਸਾਲ ਹੋ ਗਏ ਨੇ ਉਹਨਾਂ ਨੂੰ ਵਿਛੋੜਾ ਦੇ ਧਿਆ ਪਰ ਇਦਾਂ ਯਾਪਦਾ ਏ ਜਿਵੇਂ ਇਹ ਕੱਲ ਦੀ ਹੀ ਗੱਲ ਹੋਵੇ ਰਾਜੀਸ਼ ਖੰਨਾ ਉਰਫ ਕਾਕਾ ਨੂੰ ਸੰਗੀਤ ਪ੍ਰੇਮੀ ਬਾਲੀਵੁੱਡ ਪ੍ਰੇਮੀ ਬੇਸ਼ੱਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚੋਂ ਕਿਉਂ ਨਾ ਵਸਦੇ ਹੋਣ ਕਦੇ ਵੀ ਨਹੀਂ ਭੁੱਲ ਸਕਦੇ ਦੋਸਤੋ ਬਿਗ ਬਾਸ ਆਪਾਂ ਪ੍ਰੋਗਰਾਮ ਇਹ ਸਾਰਾ ਦੇਖਦੇ ਰਹੇ ਆ ਕਿਉਂਕਿ ਪਿਛਲੇ 7 ਸਾਲ ਤੋਂ ਇਹ ਪ੍ਰੋਗਰਾਮ ਇੱਕ ਨਿੱਜੀ ਟੀਵੀ ਚੈਨਲ ਦੇ ਉੱਤੇ ਸਾਲ ਦੇ ਵਿੱਚ 1.5 ਕਮਹੀਨੇ ਦੇ ਕਰੀਬ ਪ੍ਰਸਾਰਤ ਹੁੰਦਾ ਦਿਖਾਈ ਦਿੰਦਾ ਹੈ ਹੁਣ ਤੱਕ ਇਸ ਪ੍ਰੋਗਰਾਮ ਨੂੰ ਹੋਸਟ ਕਰਦੇ ਰਹੇ ਨੇ ਸਲਮਾਨ ਖਾਨ ਪਰ ਹੁਣ ਖਬਰ ਇਹ ਮਿਲੀ ਹੈ ਕਿ ਸਲਮਾਨ ਖਾਨ ਦੀ ਥਾਂ ਤੇ ਇਸ ਪ੍ਰੋਗਰਾਮ ਦੇ 8ਵੇਂ ਸੀਜ਼ਨ ਨੂੰ ਅਕਸ਼ੇ ਕੁਮਾਰ ਵੱਲੋਂ ਹੋਸਟ ਕੀਤਾ ਜਾਏਗਾ ਸਲਮਾਨ ਖਾਨ ਨੇ ਇਸ ਪ੍ਰੋਗਰਾਮ ਦੇ ਇਸ ਰਿਐਲਿਟੀ ਸ਼ੋਅ ਦੇ 7ਵੇਂ ਸੀਜ਼ਨ ਦੇ ਵਿੱਚ ਹੀ ਇਹ ਸੰਕੇਤ ਦਿੱਤੇ ਸਨ ਕਿ ਮੈਂ ਭਵਿੱਖ ਦੇ ਵਿੱਚ ਬਿਗ ਬਾਸ ਪ੍ਰੋਗਰਾਮ ਨੂੰ ਹੋਸਟ ਨਹੀਂ ਕਰ ਸਕਾਂਗਾ ਪਿੱਛੇ ਜਾ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਤੁਹਾਡੀ ਥਾਂ ਦੇ ਉੱਤੇ ਕਿਹੜਾ ਹੋਰ ਅਦਾਕਾਰ ਤੁਹਾਡੇ ਨਜ਼ਰੀਏ ਮੁਤਾਬਕ ਫਿੱਟ ਬੈਠ ਸਕਦਾ ਹੈ ਇਸ ਪ੍ਰੋਗਰਾਮ ਦੇ ਲਈ ਤਾਂ ਉਹਨਾਂ ਨੇ ਕਿਹਾ ਸੀ ਕਿ ਸ਼ਾਹਰੂਖ ਖਾਨ ਮੇਰੇ ਇਸ ਪ੍ਰੋਗਰਾਮ ਨੂੰ ਹੋਸਟ ਕਰਨ ਦੇ ਕਾਬਿਲ ਨੇ ਇਹ ਵੱਖਰੀ ਗੱਲ ਹੈ ਕਿ ਸੱਲੂ ਤੇ ਸ਼ਾਰੂ ਦੋਨਾਂ ਵਿਚਕਾਰ 36 ਦਾ ਅੰਕੜਾ ਲੰਮੇ ਸਮੇਂ ਤੋਂ ਰਿਹਾ ਹੈ ਤੇ ਕਦੇ-ਕਦਾਈਂ ਹੀ ਇਹਨਾਂ ਨੂੰ ਅਸੀਂ ਜਨਤਕ ਤੌਰ ਦੇ ਉੱਤੇ ਮਿਲਦਿਆਂ ਦੇਖਦੇ ਹਾਂ ਪਰ ਸਲਮਾਨ ਨੇ ਫਿਰ ਵੀ ਸ਼ਾਹਰੂਖ ਖਾਨ ਦਾ ਨਾਂ ਬਿਗ ਬਾਸ ਦੇ ਲਈ ਸੁਝਾਇਆ ਸੀ ਪਰ ਹੁਣ ਪਤਾ ਲੱਗਾ ਕਿ ਅਕਸ਼ੇ ਕੁਮਾਰ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਵਾਲੇ ਕਲਾਕਾਰਾਂ ਆਉਣ ਵਾਲੇ ਲੋਕਾਂ ਦੇ ਨਾਵਾਂ ਦੀ ਲਿਸਟ ਫਾਈਨਲ ਕੀਤੀ ਜਾ ਰਹੀ ਹੈ ਜਿਦੇ ਵਿੱਚ ਕੁਝ ਕੁ ਪੋਲੀਵੁੱਡ ਦੇ ਨਾਲ ਸੰਬੰਧਿਤ ਲੋਕਾਂ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ ਪਰ ਸਭ ਤੋਂ ਪਹਿਲਾਂ ਗੱਲ ਕਰਨੀ ਚਾਹਾਂਗੇ ਉਸ ਅਦਾਕਾਰਾ ਦੀ ਜਿਹੜੀ ਹੈ ਤਾਂ ਅੰਮ੍ਰਿਤਸਰ ਦੇ ਨਾਲ ਵਬਸਤਾ ਭਾਰਤੀ ਕਿਉਂਕਿ ਅਸੀਂ ਉਹਨਾਂ ਨੂੰ ਬਤੌਰ ਕਮੇਡੀਅਨ ਜਾਣਦੇ ਹਾਂ ਦੇਖਦੇ ਹਾਂ ਪਰ ਪਤਾ ਲੱਗਾ ਕਿ ਉਹਨਾਂ ਦੇ ਨਾਂ ਦੀ ਚਰਚਾ ਚੱਲ ਰਹੀ ਹੈ ਬਿੱਗ ਬਾਸ ਦੇ ਘਰ ਵਿੱਚ ਆਉਣ ਸੰਬੰਧੀ ਇਸ ਤੋਂ ਇਲਾਵਾ ਪੂਨਮ ਪਾਂਡੇ ਦੇ ਨਾਂ ਦੀ ਚਰਚਾ ਚੱਲ ਰਹੀ ਹੈ ਤੇ ਕੁਝ ਕੋ ਹੋਰ ਕਲਾਕਾਰ ਨਹੀਂ ਪਰ ਫਾਈਨਲ ਨਾਮਾਂ ਦਾ ਵੀਰਵਾ ਹਾਲੇ ਕੁਝ ਸਮਾਂ ਰੁਕ ਕੇ ਨਸ਼ਰ ਕੀਤਾ ਜਾਏਗਾ ਇਸ ਚੈਨਲ ਦੇ ਪ੍ਰਬੰਧਕਾਂ ਦੇ ਵੱਲੋਂ ਪੰਜਾਬੀ ਫਿਲਮਾਂ ਤੇ ਦੋਸਤੋ ਬੜਾ ਸੁਨਹਿਰੀ ਦੌਰ ਚੱਲ ਰਿਹਾ ਹੈ ਹਰ ਹਫ਼ਤੇ ਕੋਈ ਨਾ ਕੋਈ ਪੰਜਾਬੀ ਫਿਲਮ ਜ਼ਰੂਰ ਰਿਲੀਜ਼ ਹੁੰਦੀ ਹੈ ਹੁਣੇ-ਹੁਣੇ ਪੰਜਾਬੀ ਫਿਲਮ ਯਾਰਾਂ ਦਾ ਕੈਚ-ਅਪ ਰਿਲੀਜ਼ ਹੋ ਕੇ ਹਟਿਆ ਹੈ ਤੇ ਇਸ ਤੋਂ ਪਹਿਲਾਂ ਪੰਜਾਬੀ ਫਿਲਮ ਪੰਜਾਬ 1984 ਜਿਸ ਵਿੱਚ ਕਿਰਨ ਖੇਰ ਤੇ ਦਿਲਜੀਤ ਦੋਸਾਂਝ ਨੇ ਲਾਜਵਾਬ ਅਦਾਕਾਰੀ ਕੀਤੀ ਹੈ ਉਸ ਨੂੰ ਦੇਸ਼ ਦੁਨੀਆ ਦੇ ਵਿੱਚ ਬੇਹੱਦ ਪਸੰਦ ਕੀਤਾ ਗਿਆ ਹੈ ਨਿਰਮਾਤਾ ਨਿਰਦੇਸ਼ਕ ਸਾਰੇ ਖੁਸ਼ ਨੇ ਤੇ ਦਿਲਜੀਤ ਦੋਸਾਂਝ ਦੀ ਅਗਲੀ ਆਉਣ ਵਾਲੀ ਫਿਲਮ ਹੈ ਮੁਖਤਿਆਰ ਚੱਡਾ ਜਸਦੀਆਂ ਅੰਤਲੀਆਂ ਛੋਹਾਂ ਜਾਰੀ ਨੇ ਇਸ ਫਿਲਮ ਦੀ ਐਡੀਟਿੰਗ ਦਾ ਕੰਮਕਾਜ ਚੱਲ ਰਿਹਾ ਹੈ ਗੀਤ ਸ਼ੂਟ ਹੋ ਚੁੱਕੇ ਨੇ ਤੇ ਬਹੁਤ ਜਲਦ ਫਿਲਮ ਦੇ ਪ੍ਰਚਾਰ ਦੀ ਯੋਜਨਾ ਉਲੀਕ ਲਈ ਜਾਵੇਗੀ ਪਰ ਆਉਂਦੇ ਦਿਨਾਂ ਦੇ ਵਿੱਚ ਕੁਝ ਕੋ ਹੋਰ ਪੰਜਾਬੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ 8 ਅਗਸਤ ਨੂੰ ਇੱਕ ਫਿਲਮ ਰਿਲੀਜ਼ ਹੋਣ ਵਾਲੀ ਹੈ ਜਿਹੜੀ ਉਹਦਾ ਨਾਂ ਹੈ ਆ ਗਏ ਮੁੰਡੇ ਯੂਕੇ ਦੇ ਮਨਮੋਹਨ ਸਿੰਘ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਹੈ बतौर ਡਾਇਰੈਕਟਰ ਉਨਾਡੇ ਵੱਲੋਂ ਆਪਣੀ 2009 ਦੇ ਵਿੱਚ ਰਿਲੀਜ਼ ਹੋਈ ਫਿਲਮ ਮੁੰਡੇ ਯੂਕੇ ਦੇ ਦਾਸੀ ਕੁਵਲ ਆਗਏ ਮੁੰਡੇ ਯੂਕੇ ਦੇ ਦੇ ਰੂਪ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਫਿਲਮ ਦੇ ਵਿੱਚ ਨੀਰੂ ਬਾਜਵਾ ਹੀ ਫਿਲਮ ਵਿੱਚ ਜਿਮੀ ਸ਼ੇਰਗਿਲ ਗੁਰਪ੍ਰੀਤ ਕੋਗੀ ਬੀ ਐਨ ਸ਼ਰਮਾ ਰਾਣਾ ਰਣਵੀਰ ਤੇ ਬੀਨੂ ਟਿੱਲੋਂ ਨੇ ਅਦਾਕਾਰੀ ਕੀਤੀ ਹੈ ਤੇ ਨਾਂ ਤੋਂ ਵੀ ਜਾਣੂ ਅਸੀਂ ਹੋ ਜਾਨੇ ਆ ਤੇ ਫਿਲਮ ਦੇ ਕਲਾਕਾਰਾਂ ਤੋਂ ਵੀ ਤੇ ਅੰਦਾਜ਼ਾ ਆਪਣੀ ਆਪ ਲੱਗ ਜਾਂਦਾ ਕਿ ਇਹ ਫਿਲਮ ਪੂਰੀ ਪੂਰੀ ਕਾਮੇਡੀ ਦੇ ਉੱਤੇ ਆਧਾਰਿਤ ਹੋਏਗੀ ਸਾਨੂੰ ਪੂਰਾ ਯਕੀਨ ਹੈ ਕਿ ਜਿਸ ਤਰੀਕੇ ਨਾਲ ਮਨਮੋਹਨ ਸਿੰਘ ਨੇ ਆਪਣੀਆਂ ਹੁਣ ਤੱਕ ਆਈਆਂ ਫਿਲਮਾਂ ਦੇ ਵਿੱਚ ਮਨੋਰੰਜਨ ਕਰਨ ਦੇ ਨਾਲ ਨਾਲ ਦਰਸ਼ਕਾਂ ਨੂੰ ਇੱਕ ਮੈਸੇਜ ਵੀ ਦਿੱਤਾ ਹੈ ਇੱਕ ਸੰਦੇਸ਼ ਵੀ ਦਿੱਤਾ ਹੈ ਇਸ ਫਿਲਮ ਦੇ ਵਿੱਚ ਵੀ ਉਹ ਕੋਈ ਨਾ ਕੋਈ ਸੰਦੇਸ਼ ਸ਼ਾਇਦ ਜ਼ਰੂਰ ਦੇਣਗੇ ਤੇ ਦਰਸ਼ਕਾਂ ਦੇ ਵੱਲੋਂ ਇਸ ਫਿਲਮ ਦੀ ਉਡੀਕ ਕੀਤੀ ਜਾ ਰਹੀ ਹੈ ਫਿਲਮ ਰਿਲੀਜ਼ ਹੋਣੀ ਹੈ 8 ਦਸਤ ਨੂੰ ਦੋਸਤੋ ਸਤੀਸ਼ ਕੌਲ ਬਾਰੇ ਅਸੀਂ ਸਾਰੇ ਜਾਣਦੇ ਹਾਂ ਉਹਨਾਂ ਨੇ 300 ਦੇ ਕਰੀਬ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਤੇ 35 ਦੇ ਕਰੀਬ ਹਿੰਦੀ ਫਿਲਮਾਂ ਵਿੱਚ ਦਲੀਪ ਕੁਮਾਰ ਸ਼ਾਹਰੂਖ ਖਾਨ ਸਲਮਾਨ ਖਾਨ ਅਮਿਤਾਬ ਬਚਨ ਤੇ ਕਈ ਹੋਰ ਬਾਲੀਵੁੱਡ ਦੇ ਸੁਪਰਸਟਾਰ ਲੋਕਾਂ ਦੇ ਨਾਲ ਉਹਨਾਂ ਨੇ ਸਕਰੀਨ ਨੂੰ ਸਾਂਝੀ ਕੀਤਾ ਪਰ ਸਤੀਸ਼ ਕੌਲ ਦੇ ਬਾਰੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇਹ ਮੰਦਪਾਗੀਆਂ ਖਬਰਾਂ ਆ ਰਹੀਆਂ ਨੇ ਕਿ ਉਹ ਬਿਮਾਰ ਚੱਲ ਰਹੇ ਨੇ ਤੇ ਆਰਥਿਕ ਮੰਦਵਾੜਾ ਇੰਨਾ ਜ਼ਿਆਦਾ ਛਾਇਆ ਹੋਇਆ ਹੈ ਕਿ ਉਹ ਇਲਾਜ ਕਰਵਾਉਣ ਤੋਂ ਅਸਮਰੱਥ ਨੇ ਪਿਛਲੇ ਹਫਤੇ ਇੱਕ ਖਬਰਾਂ ਪ੍ਰਾਪਤ ਹੋਈਆਂ ਕਿ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹ ਜ਼ੇਰੇ ਇਲਾਜ ਨੇ ਤੇ ਉਹਨਾਂ ਦੇ ਚੂਲੇ ਦੀ ਹੱਡੀ ਟੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਏ ਉਹਨਾਂ ਨੇ ਬਾਦਲ ਸਾਹਿਬ ਤੋਂ ਪੰਜਾਬ ਸਰਕਾਰ ਤੋਂ ਇਹ ਮਦਦ ਦੀ ਮੰਗ ਕੀਤੀ ਹੈ ਕਿਰਪਾ ਕਰਕੇ ਮੇਰੇ ਇਲਾਜ ਦੇ ਵੱਲ ਜ਼ਰੂਰ ਧਿਆਨ ਦਿਓ ਤੇ ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਉਹਨਾਂ ਦੇ ਇਲਾਜ ਦੇ ਬਾਬਤ ਕੁਝ ਸੋਚ ਲਈ ਹੈ ਜਾਂ ਫਿਰ ਨਹੀਂ ਪਰ ਸਤੀਸ਼ ਕੌਲ ਹੋਰਾਂ ਨੇ ਇਹ ਗੱਲ ਕਹੀ ਆ ਕਿ ਮੇਰੇ ਉੱਤੇ ਇਹ ਆਰਥਿਕ ਮੰਦਵਾੜਾ ਮੇਰੇ ਕਾਰਨ ਕਰਕੇ ਨਹੀਂ ਆਇਆ ਹਾਲਾਤ ਹੀ ਕੁਝ ਇਹੋ ਜਿਹਾ ਬਣ ਗਏ ਸਨ ਕਿ ਮੈਂ ਅੱਜ ਵਾਲੇ ਸਥਾਨ ਉੱਤੇ ਪਹੁੰਚ ਗਿਆ ਤੇ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਐਸਪੀ ਉਬਰਾਏ ਹੋਰਾਂ ਨੇ 10000 ਰੁਪਇਆ ਪ੍ਰਤੀ ਮਹੀਨਾ ਸਤੀਸ਼ ਕੌਲ ਦੀ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਪੰਜਾਬ ਦੀਆਂ ਕੁਝ ਕਸਬਿਆਂ ਚਾਰਕ ਜਥੇਬੰਦੀਆਂ ਨੇ ਵੀ ਇਸ ਗੱਲ ਨੂੰ ਸੋਚਣਾ ਸ਼ੁਰੂ ਕੀਤਾ ਹੈ ਕਿ ਸतीश ਕਾਲ ਦੀ ਥੋੜੀ ਤੋਂ ਥੋੜੀ ਜਾਂ ਬਹੁਤੀ ਤੋਂ ਬਹੁਤੀ ਮਦਦ ਕੀਤੀ ਜਾਵੇ ਤੇ ਇਸੇ ਤਰ੍ਹਾਂ ਦੀ ਇੱਕ ਖਬਰ ਦੋਸਤੋ ਇਹ ਹੈ ਕਿ ਪੰਜਾਬ ਦੇ ਵਿੱਚ ਪੁਰਾਣੇ ਕਲਾਕਾਰਾਂ ਨੂੰ ਬਹੁਤ ਘੱਟ ਲੋਕ ਅੱਜ ਜਾਣਦੇ ਨੇ ਵਕਤ ਬਦਲ ਚੁੱਕਿਆ ਹੈ ਸਮੇ ਦਾ ਮિજાਜ ਢੇਰ ਸਾਰਾ ਬਦਲ ਗਿਆ ਹੈ ਤੇ ਜਦੋਂ ਇਦਾਂ ਦਾ ਮિજાਜ ਬਦਲਿਆ ਹੋਵੇ ਤਾਂ ਫੇਰ ਪੁਰਾਣੇ ਕਲਾਕਾਰਾਂ ਨੂੰ ਵਿਚਾਰਿਆਂ ਨੂੰ ਚੇਤੇ ਕਾਉਂਟ ਕਰਦਾ ਪਿਛਲੇ ਦਿਨੀ ਮੈਂ ਸਰਹੰਦ ਲਾਗੇ ਪਿੰਡ ਨਰੈਣਗੜ੍ਹ ਦੇ ਵਿੱਚ ਜਾ ਕੇ ਦੋ ਮਹਾਨ ਕਲਾਕਾਰਾਂ ਦੀ ਮੁਲਾਕਾਤ ਕੀਤੀ ਸੀ ਇਹਨਾਂ ਦੇ ਵਿੱਚ ਇੱਕ ਨੇ ਕਰਮ ਸਿੰਘ ਅਲਬੇਲਾ ਤੇ ਦੂਜੇ ਨੇ ਉਹਨਾਂ ਦੇ ਛੋਟੇ ਭਰਾਤਾ ਰਾਮ ਸਿੰਘ ਅਲਬੇਲਾ ਕਰਮ ਸਿੰਘ ਅਲਬੇਲਾ ਦੀ ਉਮਰ ਹੈ 74 ਸਾਲ ਤੇ ਰਾਮ ਸਿੰਘ ਅਲਬੇਲਾ ਦੀ ਉਮਰ ਹੈ ਲਗਭਗ 60 ਸਾਲ ਸਾਰੇ ਪਰਿਵਾਰ ਦੇ ਵਿੱਚ ਕਲਾ ਦਾ ਮਾਹੌਲ ਹੈ ਇਹਨਾਂ ਦੇ ਅੱਗੋਂ ਬੱਚੇ ਤੇ ਅੱਗੋਂ ਉਹਨਾਂ ਦੇ ਬੱਚੇ ਵੀ ਗਾਉਣ ਦੀ ਮਸ ਰੱਖਦੇ ਨੇ ਕਰਮ ਸਿੰਘ ਅਲਬੇਲਾ ਨੇ ਕਿਹਾ ਕਿ 74 ਸਾਲ ਦੀ ਉਮਰ ਵਿੱਚ ਵੀ ਮੇਰਾ ਦਿਲ ਕਰਦਾ ਕਦੇ-ਕਦੇ ਕਿ ਮੈਂ ਨਿਠ ਕੇ ਗਾਵਾਂ ਮੈਂ ਬੜੀ ਸ਼ਿੱਦਤ ਦੇ ਨਾਲ ਆਪਣੀਆਂ ਪੇਸ਼ਕਾਰੀਆਂ ਕਰਾਂ ਪਰ ਹੁਣ ਸਰੀਰ ਇਜਾਜ਼ਤ ਨਹੀਂ ਦਿੰਦਾ ਕਰਮ ਸਿੰਘ ਅਲਬੇਲਾ ਦੇ ਜਵਾਨੀ ਵਿੱਚ ਗਾਏ ਗੀਤ ਟੁੱਟ ਪੈਣੇ ਨੇ ਜਿਲੇਬੀ ਮਾਰੀ ਨੀ ਅੱਖ ਵਿੱਚ ਰਸ ਪੈ ਗਿਆ ਕੰਡਕਟਰ ਵਾਜਾਂ ਮਾਰੇ ਲੈ ਜਾ ਬਕਾਇਆ ਕੁੜੀਏ ਤੇ ਹੋਰ ਬਹੁਤ ਸਾਰੇ ਗੀਤ ਬੇਹੱਦ ਪਸੰਦ ਕੀਤੇ ਗਏ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਵੱਲੋਂ ਪਰ ਇਹਨਾਂ ਦੇ ਛੋਟੇ ਭਰਾ ਰਾਮ ਸਿੰਘ ਅਲਬੇਲਾ ਦੇ ਵੱਲੋਂ ਸਿਰਫ ਸਮਾਜਿਕ ਸਰੋਕਾਰਾਂ ਦੇ ਗੀਤ ਪੇਸ਼ ਕੀਤੇ ਜਾਂਦੇ ਨੇ ਉਹਨਾਂ ਨੇ ਸੌਂਡ ਦੇ ਮਹੀਨੇ ਦੇ ਉੱਤੇ ਇੱਕ ਗੀਤ ਸਾਡੇ ਨਾਲ ਸਾਂਝਾ ਕੀਤਾ ਬੜਾ ਲਾਜਵਾਬ ਉਹ ਗੀਤ ਹੈ ਇਦਾਂ ਜਾਪਦਾ ਕਿ ਉਹ ਘਰ ਘਰ ਦੀ ਗੱਲ ਹੈ ਮਨੁੱਖ ਦੇ ਹਰ ਇੱਕ ਦੇ ਚੇਤੇ ਨਾਲ ਉਹਦੀ ਸੋਚ ਨਾਲ ਜੁੜੀ ਹੋਈ ਇਹ ਗੱਲ ਹੈ ਉਹਨਾਂ ਨੇ ਇੱਕ ਗੀਤ ਸੁਣਾਇਆ ਕਿ ਬੋੜਾਂ ਦੀ ਠੰਡੀ ਸ਼ਾਂ ਪੇਪਲਾਂ ਦੀ ਠੰਡੀ ਸ਼ਾਂ ਦੇਵੇ ਵੱਖਰਾ ਨਜ਼ਾਰਾ ਰੁੱਖਾਂ ਦਾ ਮਨੁੱਖਾਂ ਨਾਲ ਗੂੜਾ ਭਾਈਚਾਰਾ ਤੇ ਇਹ ਗੱਲ ਦੋਸਤੋ ਸੱਚੀ ਵੀ ਹੈ ਕਿ ਪੰਜਾਬ ਦੇ ਬਹੁ ਗਿਣਤੀ ਕਲਾਕਾਰ ਅੱਜ ਸਾਡੇ ਵਾਤਾਵਰਣ ਬਾਰੇ ਅੱਜ ਸਾਡੀਆਂ ਸਮਾਜਿਕ ਮੁਸ਼ਕਲਾਂ ਬਾਰੇ ਕਟਗੀਤ ਪੇਸ਼ ਕਰਦੇ ਨੇ ਪਰ ਰਾਮ ਸਿੰਘ ਅਲਬੇਲਾ ਕਰਮ ਸਿੰਘ ਅਲਬੇਲਾ ਤੇ ਉਹਨਾਂ ਸਾਰੇ ਕਲਾਕਾਰਾਂ ਦੀ ਸੱਚੀ ਕਲਾ ਨੂੰ ਸਲਾਮ ਕਰਨੀ ਬਣਦੀ ਹੈ ਜਿਹੜੇ ਆਪਣੇ ਨਾਮੇ ਦੇ ਨਾਲੋਂ ਇਹ ਜ਼ਿਆਦਾ ਫਿਕਰ ਕਰਦੇ ਨੇ ਕਿ ਅਸੀਂ ਲੋਕ ਮਸਲਿਆਂ ਪ੍ਰਤੀ ਆਵਾਜ਼ ਬੁਲੰਦ ਕਰੀਏ ਖਬਰਾਂ ਦੋਸਤੋ ਹੋਰ ਵੀ ਬਹੁਤ ਸਾਰੀਆਂ ਹਨ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਜਾ ਸਕਦੀ ਹੈ ਕਿਉਂਕਿ ਹਰ ਰੋਜ਼ ਸੰਗੀਤ ਖੇਤਰ ਵਿੱਚ ਫਿਲਮੀ ਖੇਤਰ ਦੇ ਵਿੱਚ ਕੁਝ ਨਾ ਕੁਝ ਨਵਾਂ ਆਪਰਦਾ ਪਰ ਸਮੇਂ ਦੀ ਘਾਟ ਇੱਥੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਅਗਲੇ ਹਫਤੇ ਮਨੋਰੰਜਕ ਦੁਨੀਆ ਪ੍ਰੋਗਰਾਮ ਲੈ ਕੇ ਮੁੜ حاضر ਹੋਵਾਂਗੇ ਉਦੋਂ ਤੱਕ ਲਈ ਸਵਰਨ ਸਿੰਘ ਟੈਣਾ ਨੂੰ ਦਿਓ ਆਗਿਆ ਤੁਹਾਡੀ ਬਹੁਤ ਬਹੁਤ ਮਿਹਰਬਾਨੀ